ਲੁਧਿਆਣਾ ਦੇ ਥਾਣਾ ਸਦਰ ਅਧੀਨ ਗੁਰੂ ਨਾਨਕ ਕਲੋਨੀ ਦੇ ਵਿੱਚ 6 ਸਾਲਾ ਬੱਚੀ ਦੇ ਨਾਲ ਦੁਸ਼ਕਰਮ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਪੁਲਿਸ ਨੇ ਇਸ ਸੰਬੰਧੀ ਮਾਮਲਾ ਦਰਜ ਕਰ ਆਰੋਪੀ ਨੂੰ ਕਾਬੂ ਕਰ ਲਿਆ। ਉਧਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਆਰੋਪੀ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਆਰੋਪੀ ਵਿਹੜੇ ਵਿੱਚ ਰਹਿਣ ਵਾਲਾ ਪ੍ਰਵਾਸੀ ਹੈ। ਕਿਹਾ ਕਿ ਇਸ ਬਾਬਤ ਜਾਂਚ ਪੜਤਾਲ ਜਾਰੀ ਹੈ ਅਤੇ ਮਾਮਲਾ ਦਰਜ ਕਰ ਲਿਆ ਗਿਆ। ਇਹ ਜਿਹੜਾ ਕੱਲ੍ਹ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਜਿਹੜਾ ਗੁਰੂ ਨਾਨਕ ਨਗਰ ਦੇ ਵਿੱਚ ਇੱਕ ਬੱਚੀ ਹੈ 6.5-7 ਸਾਲ ਦੀ, ਉਹਦੇ ਨਾਲ ਜਿਹੜਾ ਰੇਪ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਹਦੇ ਵਿੱਚ ਅਸੀਂ ਮੁਕੱਦਮਾ ਦਰਜ ਕਰ ਲਿਆ। ਮੁਕੱਦਮਾ ਦਰਜ ਕਰਕੇ ਜਿਹੜਾ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਪ੍ਰਵਾਸੀ ਨੇ, ਪ੍ਰਵਾਸੀ ਮਜ਼ਦੂਰ ਨੇ। ਕਦੋਂ ਦੀ ਗੱਲ ਸਰ? ਇਹ ਕੱਲ੍ਹ ਦੀ ਗੱਲ, ਸਾਡੇ ਕੋਲ 12 ਵਜੇ ਦੀ ਗੱਲ ਹੈ। ਸਾਡੇ ਕੋਲ ਫਿਰ ਕੱਲ੍ਹ ਮੈਂ ਰਾਤ ਨੂੰ ਆ ਕੇ ਦੱਸਿਆ ਸੀ। ਸਰ ਏਰੀਆ ਬੱਚੀ ਸਰ ਠੀਕ? ਗੁਰੂ ਨਾਨਕ ਨਗਰ ਬੱਚੀ ਠੀਕ ਹੈ ਜੀ? ਹਾਂਜੀ ਹਾਂਜੀ ਠੀਕ ਠਾਕ। ਉਮਰ ਕਿੰਨੀ? ਕਰੀਬ 6.5-7 ਸਾਲ ਹੈ। ਲੁਧਿਆਣਾ ਦੇ ਥਾਣਾ ਸਦਰ ਅਧੀਨ ਗੁਰੂ ਨਾਨਕ ਕਲੋਨੀ ਦੇ ਵਿੱਚ 6 ਸਾਲਾ ਬੱਚੀ ਦੇ ਨਾਲ ਦੁਸ਼ਕਰਮ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਪੁਲਿਸ ਨੇ ਇਸ ਸੰਬੰਧੀ ਮਾਮਲਾ ਦਰਜ ਕਰ ਆਰੋਪੀ ਨੂੰ ਕਾਬੂ ਕਰ ਲਿਆ। ਉਧਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਆਰੋਪੀ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਆਰੋਪੀ ਵਿਹੜੇ ਵਿੱਚ ਰਹਿਣ ਵਾਲਾ ਪ੍ਰਵਾਸੀ ਹੈ। ਕਿਹਾ ਕਿ ਇਸ ਬਾਬਤ ਜਾਂਚ ਪੜਤਾਲ ਜਾਰੀ ਹੈ ਅਤੇ ਮਾਮਲਾ ਦਰਜ ਕਰ ਲਿਆ ਗਿਆ। ਇਹ ਜਿਹੜਾ ਕੱਲ੍ਹ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਜਿਹੜਾ ਗੁਰੂ ਨਾਨਕ ਨਗਰ ਦੇ ਵਿੱਚ ਇੱਕ ਬੱਚੀ ਹੈ 6.5-7 ਸਾਲ ਦੀ, ਉਹਦੇ ਨਾਲ ਜਿਹੜਾ ਰੇਪ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਹਦੇ ਵਿੱਚ ਅਸੀਂ ਮੁਕੱਦਮਾ ਦਰਜ ਕਰ ਲਿਆ। ਮੁਕੱਦਮਾ ਦਰਜ ਕਰਕੇ ਜਿਹੜਾ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਪ੍ਰਵਾਸੀ ਨੇ, ਪ੍ਰਵਾਸੀ ਮਜ਼ਦੂਰ ਨੇ। ਕਦੋਂ ਦੀ ਗੱਲ ਸਰ? ਇਹ ਕੱਲ੍ਹ ਦੀ ਗੱਲ, ਸਾਡੇ ਕੋਲ 12 ਵਜੇ ਦੀ ਗੱਲ ਹੈ। ਸਾਡੇ ਕੋਲ ਫਿਰ ਕੱਲ੍ਹ ਮੈਂ ਰਾਤ ਨੂੰ ਆ ਕੇ ਦੱਸਿਆ ਸੀ। ਸਰ ਏਰੀਆ ਕਿਹੜਾ? ਬੱਚੀ ਸਰ ਠੀਕ? ਗੁਰੂ ਨਾਨਕ ਨਗਰ ਬੱਚੀ ਠੀਕ ਹੈ ਜੀ? ਹਾਂਜੀ ਹਾਂਜੀ ਠੀਕ ਠਾਕ। ਉਮਰ ਕਿੰਨੀ? ਕਰੀਬ 6.5-7 ਸਾਲ ਹੈ।